ਬੁਲਟ ਦੀ ਟੈਂਕੀ ਲੈਮੀਨੇਟ ਕਰਨ ਲੱਗੇ ਜੀ ਆਪਾਂ ਦੇਖਦੇ ਜ਼ਿਆਦਾ ਕਰਕੇ ਆਪਾਂ ਸੈਂਟਰ ਵਿੱਚੋਂ ਲੈਮੀਨੇਟ ਕਰਾਉਂਦੇ ਪੂਰੀ ਨਹੀਂ ਕਰਾਉਂਦੇ ਗੋਲਡ ਲਾਈਨਾਂ ਦੇ ਅੰਦਰ ਅੰਦਰ ਕਰਵਾਉਂਦੇ ਹਾਂ ਉੱਚ ਗਿਆ ਹੁੰਦਾ ਕਿ ਆਪਣੇ ਬਾਹਰ ਤਾਂ ਪੱਕੇ ਸਕਰੈਚ ਪੈਣੇ ਪੈਣੇ ਹੁੰਦੇ ਆ ਤਾਂ ਜਿੱਦਾਂ ਸਕਰੈਚ ਪਿਆ ਹੈ ਨਾ ਇੱਦਾਂ ਪੱਕੇ ਸਕਰੈਚ ਪੈਂਦੇ ਪੈਂਦੇ ਆ ਉਹਦੇ ਕਰਕੇ ਆਪਾਂ ਇੱਦਾਂ ਪੂਰੀ 'ਤੇ ਲਗਾ ਦਈਦੀ ਆ ਗੋਲਡ ਲਾਈਨਿੰਗ ਦਾ ਕੋਈ ਚੱਕਰ ਨਹੀਂ ਆਪਾਂ ਉੱਪਰ ਨਵੀਂ ਬਣਾਉਣੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ ਪਹਿਲਾਂ ਇਹਨੂੰ ਇੰਨੀ ਨੂੰ ਲੈਮੀਨੇਟ ਕਰ ਲਈਏ ਲਓ ਜੀ ਹੁਣ ਗੋਲਡਨ ਲਾਈਨਿੰਗ ਤੁਹਾਨੂੰ ਲਗਾ ਕੇ ਦਿਖਾਉਂਦੇ ਹਾਂ ਟੈਂਕੀ 'ਤੇ ਪ੍ਰੋਪਰ ਉਸੇ ਸ਼ੇਪ 'ਚ ਬਣ ਜਾਏਗੀ ਜਿਸ ਤਰ੍ਹਾਂ ਦੀ ਪਹਿਲੇ ਸੀਗੀ ਲਓ ਜੀ ਟੈਂਕੀ ਲੈਮੀਨੇਟ ਹੋ ਗਈ ਹੈ ਬਾਹਰ ਤੱਕ ਪਤਾ ਨਹੀਂ ਲੱਗੂਗਾ ਵੀ ਟੈਂਕੀ ਲੈਮੀਨੇਟ ਹੋਈ ਹੈ ਬਾਹਰ ਤੱਕ ਸੇਫ ਦੀ ਸੇਫ ਲਓ ਜੀ ਇਹ ਤਾਂ ਹੋ ਗਿਆ ਆਪਣਾ ਕੰਮ ਕਈਆਂ ਨੂੰ ਸ਼ੌਂਕ ਹੁੰਦਾ ਜੀ ਇਹ ਗੱਬੇ ਆਪਾਂ ਮੈਟ ਹੀ ਲਾਉਣਾ ਉਹਦੇ ਵਾਸਤੇ ਵੀ ਆਪਣੇ ਕੋਲ ਆਪਸ਼ਨ ਹੈਗੀ ਆਪਾਂ ਹੁਣ ਇਹਦੇ ਸੈਂਟਰ ਵਿੱਚ ਮੈਟ ਵੀ ਲਗਾ ਦੇਣਾ ਲਓ ਜੀ ਮੈਟ ਦਾ ਮੈਟ ਹੋ ਗਿਆ ਪੂਰੀ ਲੈਮੀਨੇਸ਼ਨ ਦੀ ਲੈਮੀਨੇਸ਼ਨ ਹੋ ਗਈ ਠੀਕ ਹੈ ਜੀ ਸ਼ੌਂਕ ਦਾ ਸ਼ੌਂਕ ਪੂਰਾ ਹੋ ਗਿਆ ਜੀ ਇੰਨਾ ਨਹੀਂ ਬਸ ਆਪਾਂ ਹੁਣ ਸਾਈਡ ਬੋਕਸ ਵੀ ਟੇਪ ਕਰਨੇ ਦੇ ਆ ਵਾਲੇ ਇਹ ਵੀ ਪੂਰੇ ਪੂਰੇ ਲੈਮੀਨੇਟ ਕਰਾਂਗੇ ਆਪਾਂ ਦਿਖਾਉਂਦੇ ਤੁਹਾਨੂੰ ਬਾਕੀ ਆਪਾਂ ਇਹਦੇ ਕੀਤੀ ਸੀਗੀ ਲਓ ਜੀ ਗੋਲਡਨ ਲਾਈਨਿੰਗ ਵੀ ਲਗਾ ਦਿੱਤੀ ਟਾਪੇ ਦੀ ਫੁੱਲ ਟੇਪ ਦਾ ਟੇਪ ਹੋ ਗਿਆ ਲੈਮੀਨੇਟ ਦਾ ਲੈਮੀਨੇਟ ਗੋਲਡਨ ਲਾਈਨਿੰਗ ਦੁਬਾਰਾ ਬਣਾ ਦਿੱਤੀ ਨੰਬਰ ਪਲੇਟਾਂ ਹੋ ਗਈਆਂ 3D ਆ ਲਓ ਜੀ ਇਹਦੇ ਟੈਂਕੀ ਲੈਮੀਨੇਟ ਵੀ ਹੋ ਗਈ ਗੱਬੇ ਮੈਟ ਵੀ ਲੱਗ ਗਿਆ ਮਹਿਤਾ ਆਰਟ ਨੰਗਲ ਰੇਲਵੇ ਰੋਡ Thank you.